ਅੱਛਾ ਲਓ ਜੀ, ਇਹ ਪਿੰਡ ਦੀਆਂ ਗਲੀਆਂ ਦੇਖੋ ਤੁਸੀਂ, ਆਪਣੇ ਪਿੰਡ ਦੀਆਂ ਗਲੀਆਂ ਸਾਡੇ ਦੀਆਂ, ਠੀਕ ਹੈ ਜੀ। ਇਹ ਸਾਡਾ ਪਿੰਡ ਦਾ ਘਰ ਆ, ਪੁਰਾਣਾ ਘਰ ਸਾਡਾ ਜੀ, ਜਿਹੜਾ ਦੁਬਾਰਾ ਢਾਹ ਕੇ ਦੁਬਾਰਾ ਮੁੜ ਕੇ ਤਿਆਰ ਕੀਤਾ ਗਿਆ ਜੀ, ਠੀਕ ਹੈ ਜੀ। ਇਹ ਸਰਦਾਰ ਜੀ ਰਿਟਾਇਰ ਬੰਦੇ ਆ ਜੀ, ਇਹਨਾਂ ਦੇ ਨਾਲ ਇੰਟਰਵਿਊ ਤੁਹਾਨੂੰ ਕਰਾਉਂਦੇ ਹਾਂ ਜੀ ਇਹਨਾਂ ਨੂੰ। ਹਾਂਜੀ ਸਰਦਾਰ ਰਿੰਦਰ ਸਿੰਘ ਜੀ, ਕੀ ਹਾਲ ਆ ਜੀ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਰੂਬਰੂ ਹੋ ਕੇ ਸਾਰੇ ਸੰਗਤ ਨੇ ਦਰਸ਼ਨ ਕਰਨ ਦਾ ਮੌਕਾ ਦਿੱਤਾ, ਸਾਡੇ ਤੁਸੀਂ ਪਿੰਡ ਆਏ ਹੋ, ਅਤੇ ਮੈਂ ਤੁਹਾਡੇ ਕੋਲ, ਮੇਰੇ ਕੋਲ ਉਹ ਲਫ਼ਜ਼ ਨਹੀਂ ਹੈ ਮੈਂ ਜਿਹੜੇ ਲਫ਼ਜ਼ਾਂ ਨਾਲ ਤੁਹਾਡਾ ਧੰਨਵਾਦ ਕਰ ਸਕਾਂ ਕਿ ਤੁਸੀਂ ਸਾਡੇ ਇੱਕ ਗਰੀਬ ਜਿਹੇ ਇੱਕ ਛੋਟੇ ਜਿਹੇ ਪਿੰਡ ਵਿੱਚ ਆ ਕੇ ਸਾਡੇ ਬਿਆਨ ਲੈ ਰਹੇ ਹੋ, ਸਾਡੇ ਹਾਲ ਚਾਲ ਪੁੱਛ ਰਹੇ ਹੋ। ਅਤੇ ਗੱਲ ਇੱਦਾਂ ਬਈ, ਰਿਟਾਇਰ ਹੋਣ ਤੋਂ ਬਾਅਦ ਬੰਦੇ ਦੀ ਰੂਟੀਨ ਟੁੱਟ ਜਾਂਦੀ ਆ। ਸਵੇਰੇ ਬੰਦਾ ਉੱਠਦਾ, ਡਿਊਟੀ ਟਾਈਮ ਤਿਆਰ ਹੁੰਦਾ, ਲੋਕਾਂ ਨੂੰ ਮਿਲਦਾ ਜੁਲਦਾ, ਆਪਣੇ ਕੰਮਾਂ ਕਾਰਾਂ ਜਾਂਦਾ। ਬਸ ਇੰਨਾ ਕੁ ਫਰਕ ਜ਼ਰੂਰ ਪਿਆ ਹੈਗਾ, ਬਾਕੀ ਤਾਂ ਪਿੰਡ 'ਚ ਆਣ ਕੇ ਰਹਿਣਾ ਸ਼ੁਰੂ ਕਰਤਾ, ਬਜ਼ੁਰਗਾਂ ਨੇ ਬਣਾਇਆ ਜੀ। ਚਲੋ ਜੀ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਜੀ, ਠੀਕ ਠਾਕ ਜੀ, ਜਿੰਦੇ ਵਾਸਤੇ ਰਹੋ। ਹੁਣ ਆ ਤੁਹਾਡੇ ਪਿੰਡ ਦੀਆਂ ਗਲੀਆਂ ਦੱਸ ਦਿਆਂ ਤੁਹਾਨੂੰ ਜੀ, ਠੀਕ ਹੈ ਜੀ। ਇਹ ਸਾਡੇ ਪਿੰਡ ਦੀਆਂ ਗਲੀਆਂ, ਇਹ ਸਾਡਾ ਪਿੰਡ ਅਤੇ ਆਪਣੇ ਘਰ ਆ ਸਾਰੇ ਹੀ, ਇਹ 3-4 ਘਰ ਆਪਣੇ ਸਾਡੇ ਆਪਣੇ ਘਰ ਨੇ, ਠੀਕ ਹੈ ਜੀ। ਇਹ ਸਾਈਕਲ ਸਾਡੇ ਚਾਚਾ ਜੀ ਦਾ ਜੀ, ਪੁਰਾਣਾ ਸਾਈਕਲ ਆ ਇਹ, ਠੀਕ ਹੈ ਜੀ। ਚਾਚਾ ਜੀ ਦਾ ਤੁਹਾਡੇ ਨਾਲ ਗੱਲ ਕਰਾਉਂਦੇ ਹਾਂ ਹੁਣ ਜੀ, ਆਪਾਂ ਗੱਲ ਕਰਦੇ ਹੋਈ ਲਾਗੇ ਸਾਡਾ ਭਾਈਆ ਵੀ ਆ, ਤਾਂ ਅਸੀਂ ਪਿੰਡ ਦੇ ਨਾਲ ਜਾਂ ਚਾਚੇ ਨਾਲ ਤੁਹਾਡੀ ਗੱਲ ਕਰਾਉਂਦੇ, ਆਪਣੇ ਚਾਚਾ ਲਓ। ਚਾਚਾ ਜੀ ਸਾਡੇ, ਸਤਿ ਸ਼੍ਰੀ ਅਕਾਲ ਚਾਚਾ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਸ ਠੀਕ ਠਾਕ। ਕੀ ਕਰੀ ਜਾਂਦੇ ਹੋ? ਬਸ ਬੈਠੇ। ਅੱਛਾ ਤੁਸੀਂ ਪੁਲਿਸ ਦੀ ਨੌਕਰੀ ਕੀਤੀ ਹੈ ਨਾ? ਹਾਂਜੀ। ਕਿੰਨੇ ਸਾਲ ਕੀਤੀ ਨੌਕਰੀ ਪੁਲਿਸ ਦੀ? 22 ਸਾਲ। ਅੱਛਾ ਅੱਛਾ ਅੱਛਾ, ਹੁਣ ਕਿੱਦਾਂ ਰਿਟਾਇਰ ਹੋ ਗਏ, ਕਿੱਦਾਂ ਲੱਗ ਰਿਹਾ? ਬਹੁਤ ਵਧੀਆ। ਵਧੀਆ ਲੱਗ ਰਿਹਾ? ਚਲੋ ਜੀ, ਹੁਣ ਤੋਤੇ ਪੋਤਰੇ ਘੁਮਾ ਰਹੇ, ਕਿਆ ਬਾਤ ਆ, ਕਿਆ ਬਾਤ ਆ। ਹੋਰ ਜੀ, ਹੋਰ ਠੀਕ ਠਾਕ ਜੀ, ਵਧੀਆ ਸਭ। ਸਾਡਾ ਇੱਥੇ ਭਾਈਆ ਵੀ ਆਇਆ ਹੋਇਆ, ਅਤੇ ਭਾਈਆ ਨਾਲ ਤੁਹਾਡੀ ਰੂਬਰੂ ਗੱਲ ਕਰਾਉਂਦੇ ਹਾਂ, ਇਹ ਵੀ ਬੰਦਾ ਰਿਟਾਇਰੀ ਫੁੱਫੜ ਆ ਜੀ, ਅਤੇ ਆ ਲਓ ਤੁਸੀਂ ਇਹਨਾਂ ਨਾਲ ਵੀ ਗੱਲ ਕਰੋ। ਹਾਂਜੀ ਫੁੱਫੜ ਜੀ, ਸਤਿ ਸ਼੍ਰੀ ਅਕਾਲ ਜੀ, ਭਾਈਆ ਜੀ ਕੀ ਹਾਲ ਨੇ? ਠੀਕ ਆ ਜੀ, ਠੀਕ। ਹੋਰ ਕਿੱਦਾਂ, ਕਿੰਨੀ ਨੌਕਰੀ ਕੀਤੀ ਜੀ? ਮੈਂ ਨੌਕਰੀ 25 ਸਾਲ ਕੀਤੀ ਹੈ ਜੀ। ਅੱਛਾ ਅੱਛਾ ਅੱਛਾ, ਕਿੱਥੇ ਕੀਤੀ ਨੌਕਰੀ? ਮੈਂ ਹਾਈ ਕੋਰਟ ਵਿਧਾਨ ਸਭਾ ਐਮ ਐਲ ਏ ਹੋਸਟਲ ਸੈਕਟਰੀ। ਤੁਸੀਂ ਹੁਣ ਇੱਥੇ ਕਿੱਦਾਂ ਆਏ ਹੋ? ਮੈਂ ਪਿੰਡ ਆਇਆ ਆਪਣੇ। ਅੱਛਾ, ਪਿੰਡ ਆਪਣੇ ਆਏ ਹੋ ਕਿ ਸਹੁਰੇ ਆਏ ਹੋ? ਸਹੁਰੇ ਆਇਆ ਘੁੰਮਣ ਵਾਸਤੇ। ਅੱਛਾ, ਘੁੰਮਣ ਵਾਸਤੇ ਸਹੁਰੇ ਆਏ ਤੁਸੀਂ? ਅੱਛਾ 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 ਅੱਛਾ, ਅਤੇ ਕਿੱਦਾਂ ਲੱਗ ਰਿਹਾ ਤੁਹਾਨੂੰ ਹੁਣ ਪਿੰਡ ਇੱਥੇ ਆਣ ਕੇ, ਸਹੁਰੇ ਆਣ ਕੇ? ਬਹੁਤ ਵਧੀਆ ਲੱਗ ਰਿਹਾ ਜੀ। ਅੱਛਾ ਅੱਛਾ, ਠੀਕ ਆ ਠੀਕ ਆ ਜੀ। ਆਹ ਪਿੰਡ ਦੀਆਂ ਗਲੀਆਂ ਜੀ, ਪੁਰਾਣੀਆਂ ਪੁਰਾਣੇ ਕੱਪੜੇ, ਅਤੇ ਕਹਿੰਦੇ ਆ ਹੁਣ ਸਾਡੇ ਪਿੰਡ 'ਚ ਸਾਡੇ ਆਪਣੀ ਚਾਚੀ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਜੀ। ਚਾਚੀ ਸਾਡੀ ਪਿੰਡ ਰਹਿੰਦੀ ਆ, ਇਹ ਸਾਡੀ ਚਾਚੀ ਜੀ। ਹਾਂ ਚਾਚੀ ਜੀ, ਕਿੱਦਾਂ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੇ? ਠੀਕ ਠਾਕ, ਵਧੀਆ। ਹੋਰ ਕਿੱਦਾਂ, ਚਾਚਾ ਰਿਟਾਇਰ ਹੋ ਗਿਆ, ਫਿਰ ਰਿਟਾਇਰ ਹੋਣ ਤੋਂ ਬਾਅਦ ਕਿੱਦਾਂ ਮਿਲਦੇ ਗੁਲਦੇ ਘੁੰਮਦੇ ਘੁੰਮਦੇ ਹੋ ਕਿ ਨਹੀਂ? ਠੀਕ ਆ, ਘਰੇ ਹੀ। ਘਰੇ ਬੈਠੇ ਰਹਿੰਦੇ, ਘੁੰਮੇ ਘੁੰਮੇ ਕਰੋ ਹੁਣ ਤੁਸੀਂ ਬਾਹਰ, ਹੈਂ? ਕਿਤੇ ਨਹੀਂ ਘੁੰਮਦੇ, ਘਰੇ ਹੀ ਰਹਿੰਦੇ ਬਸ। ਅੱਛਾ, ਹੋਰ ਕਿੱਦਾਂ, ਠੀਕ ਠਾਕ, ਵਧੀਆ ਚੱਲ ਰਿਹਾ? ਹੋਰ ਵਧੀਆ। ਚਲੋ ਠੀਕ ਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।